ਕਿੰਨਾ ਭਾਜੀ ਉਹਨਾਂ ਲੱਖਾਂ ਮੰਡੀ ਦੇ ਵਿੱਚ ਉਹਦੀ ਟੀਕੇ ਟ੍ਰੇਡਿੰਗ ਕੰਪਨੀ ਹੈ ਉਹ ਲੱਖਾਂ ਮੰਡੀ ਦੇ ਕਾਫੀ ਜ਼ਿਆਦਾ ਆਪਣਾ ਕੰਮ ਹੈ ਉੱਥੇ ਰਾਤ ਨੂੰ 1:30 ਵਜੇ ਅੱਗ ਲੱਗੀ ਹੈ ਕੀ ਕਾਰਨ ਲੱਗ ਰਿਹਾ ਭਾਜੀ ਕਾਰਨ ਮੈਨੂੰ ਪਤਾ ਨਹੀਂ ਅੱਗ ਲੱਗੀ ਕਿਹੜੀ ਅੱਗ ਲੱਗੀ ਕਿੰਨੇ ਵਜੇ ਲੱਗੀ ਕੀ ਕਰ ਰਿਹਾ ਕਿਹੜਾ ਕਿਤਾਬ ਮੇਰਾ ਕੁਮਾਰ ਸ਼ਾਮ ਨੂੰ ਕੋਈ ਤਕਰੀਬਨ 3:30 ਸੂਚਨਾ ਮਿਲੀ ਲੱਕੜ ਮੰਡੀ ਕਬਾੜ ਦੀ 100 ਬਹੁਤ ਅੱਗ ਲੱਗੀ ਹੈ ਮੌਕੇ 'ਤੇ ਅਸੀਂ ਫਾਇਰ ਟੈਂਡਰ ਭੇਜੇ ਤਾਂ ਅੱਗ ਬਹੁਤ ਜ਼ਿਆਦਾ ਸੀਗੀ ਸਟੋਰ ਵੱਡਾ ਸੀਗਾ ਪਲਾਸਟਿਕ ਦਾ ਸਟੋਰ ਸੀ ਭਾਈ ਅਤੇ ਅਸੀਂ ਮੌਕੇ 'ਤੇ ਸਾਰੀਆਂ ਗੱਡੀਆਂ ਆਪਣੀਆਂ ਸਾਰੇ ਮੁਲਾਜ਼ਮ ਮੌਕੇ 'ਤੇ ਕਰਦੇ ਅਤੇ ਅੱਗ ਕੰਟਰੋਲ ਕਰਨ 'ਚ ਲੱਗੇ ਹੋਏ ਅਪਰੋਕਸੀਮੇਟਲੀ 3-4 ਘੰਟੇ ਹੋ ਗਏ ਹਲੇ ਮੇਰੇ ਖਿਆਲ ਕੰਟਰੋਲ ਕਰਨ ਵਿੱਚ ਕਿਉਂਕਿ ਸ਼ੈੱਡ ਬਹੁਤ ਵੱਡਾ ਸੀਗਾ ਅਤੇ ਪਲਾਸਟਿਕ ਦਾ ਸਪੋਰ ਸੀਗਾ ਸਾਰਾ ਇਸ ਕਰਕੇ ਥੋੜ੍ਹੀ ਤਕਲੀਫ ਆਈ ਸਾਨੂੰ ਬਟ ਅਸੀਂ ਅੱਗੇ ਆਪਣੇ ਕੰਟਰੋਲ ਆ ਅੱਗ ਤੋਂ ਅਸੀਂ ਅੱਗੇ ਤੋਂ ਬਚਾ ਸਕਦੇ ਕਿੰਨੀ ਗੱਡੀ ਲੱਗੀ ਹੈ ਗੱਡੀਆਂ ਵਾਲੇ ਕੋਈ ਗਿਣਤੀ ਨਹੀਂ ਆ ਗੱਡੀਆਂ ਚੱਲ ਰਹੀਆਂ ਅੰਦਰੋਂ ਚੱਲ ਰਹੀਆਂ ਗੱਡੀਆਂ ਅਪਰੋਕਸੀਮੇਟਲੀ ਮੇਰੀਆਂ 4 ਗੱਡੀਆਂ ਦੇ 4-4 ਚੱਕਰ ਲੱਗ ਚੁੱਕੇ ਆ ਥੋੜ੍ਹੀ 16-17 ਗੱਡੀਆਂ ਕਾਰਨ ਕੀ ਅੱਗ ਲੱਗਦਾ ਪਤਾ ਚੱਲਿਆ ਕਾਰਨ ਤਾਂ ਦੀਵਾਲੀ ਕਰਕੇ ਜੀ ਹੋ ਸਕਦਾ ਕੋਈ ਰੱਖ ਪਾ ਜੀ ਹੋਵੇ ਕਿਉਂਕਿ ਪਲਾਸਟਿਕ ਦਾ ਸਟੋਰ ਸੀਗਾ ਸ਼ੈੱਡ ਸੀਗਾ ਜਾਂ ਸ਼ਾਰਟ ਸਰਕਟ ਹੋ ਸਕਦਾ ਹੋਵੇ ਜਦ ਬਾਅਦ 'ਚੋਂ ਮੁਆਇਨਾ ਕਰਾਂਗੇ ਅਸੀਂ ਉਸ ਤੋਂ ਬਾਅਦ ਪਤਾ ਲੱਗੇ ਕੋਈ ਜਾਨੀ ਨੁਕਸਾਨ ਤਾਂ ਨਹੀਂ ਹੋਇਆ ਜੀ ਸਰ ਜਾਨੀ ਨੁਕਸਾਨ ਕੋਈ ਨਹੀਂ ਹੈ ਜੀ ਠੀਕ ਹੈ